बादल जो ने रैली रैली समाप्त करके इतने आ चुके ने और गलबात करते हैं सर अज पहुंचे हो कादियां जी परवा यूथ सर लगातार तुहाडे नाल जुड़ता जा रहा है एक किस तरह पहुंची तुसी देखो माहौल देखो लगातार माहौल बढ़ रहा है एक तूफान श्रोमणी अकाली दल दा चल रहा है लगातार सर हुण जिहड़ी ए तुसी बहाव दी गल कर रहे हो युवा वर्ग एक वड्डी सोच इस समय मंग रहा है कि सरकार तों की उम्मीद करेगा जिहड़ा युवा वर्ग पंजाब दे लोक अपनी खेतरी पार्टी ते विश्वास करदे आ नैशनल पार्टी ते नहीं ਪੰਜਾਬ ਦੇ ਲੋਕ ਖੇਤਰੀ ਪਾਦੀ ਲੜਾਈ ਲੜਨ ਬਾਦਲ ਸਾਹਿਬ ਜੋ ਆਪਣਾ ਕਾਂਗਰਸ ਖੇਲੂ ਖੇਲੂ ਹੋ ਚੁੱਕੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਾਂਗਰਸ ਖਤਮ ਹੈ ਬਿਲਕੁਲ ਖਤਮ ਚਲੋ ਸੋ ਅੱਜ ਸੁਖਬੀਰ ਸਿੰਘ ਬਾਦਲ ਜੋ ਹਲਕਾ ਕਾਦੀਆਂ ਦੇ ਜੋ ਕੈਂਡੀਡੇਟ ਨੇ ਗੁਰਿਕਬਾਲ ਸਿੰਘ ਮਾਹਲ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਦੇ ਵਿੱਚ ਅੱਜ ਇੱਥੇ ਪਹੁੰਚੇ ਸੀ ਕਾਦੀਆਂ ਦੇ ਕਾਨੂੰਵਾਨ ਦੇ ਵਿੱਚ ਔਰ ਇੱਕ ਵੱਡਾ ਜਿਹੜਾ ਇਕੱਠ ਹੈ ਇੱਥੇ ਦੇਖਣ ਨੂੰ ਮਿਲਿਆ ਯੁਵਾ ਵਰਗ ਦੀ ਗੱਲ ਹੋਵੇ ਭਾਵੇਂ ਗੱਲ ਹੋਵੇ ਰੈਲੀ ਦੀ ਇੱਕ ਵੱਡਾ ਇਕੱਠ ਜੋ ਇੱਥੇ ਦੇਖਣ ਨੂੰ ਮਿਲਿਆ ਔਰ ਜਿਸ ਤਰੀਕੇ ਦੇ ਨਾਲ ਰੈਲੀਆਂ ਦੇ ਵਿੱਚ ਭਾਰਾ ਇਕੱਠ ਦੇਖਣ ਨੂੰ ਮਿਲਿਆ ਹੈ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਕਿਉਂਕਿ ਯੁਵਾ ਵਰਗ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਿਹਾ ਔਰ ਭਾਰੀ ਇਕੱਠ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਮਨਮੀਤ ਸਿੰਘ ਕਰਨ ਦੇ ਨਾਲ ਰੋਹਿਤ ਮਹਾਜਨ ਦੈਨਿਕ ਸਵੇਰਾ ਟੀਵੀ ਲਈ ਗੁਰਦਾਸਪੁਰ ਬਾਦਲ ਜੋ ਨੇ ਰੈਲੀ ਰੈਲੀ ਸਮਾਪਤ ਕਰਕੇ ਇੱਥੇ ਆ ਚੁੱਕੇ ਨੇ ਔਰ ਗੱਲਬਾਤ ਕਰਦੇ ਆ ਸਰ ਅੱਜ ਪਹੁੰਚੇ ਹੋ ਕਾਦੀਆਂ ਚ ਪਰਵਾਂ ਯੂਥ ਸਰ ਲਗਾਤਾਰ ਤੁਹਾਡੇ ਨਾਲ ਜੁੜਦਾ ਜਾ ਰਿਹਾ ਹੈ ਇੱਕ ਕਿਸ ਤਰ੍ਹਾਂ ਪਹੁੰਚੀ ਤੁਸੀਂ ਦੇਖੋ ਮਾਹੌਲ ਦੇਖੋ ਲਗਾਤਾਰ ਮਾਹੌਲ ਵੱਧ ਰਿਹਾ ਹੈ ਇੱਕ ਤੂਫਾਨ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਹੈ ਲਗਾਤਾਰ ਸਰ ਹੁਣ ਜਿਹੜੀ ਇਹ ਤੁਸੀਂ ਬਹਾਵ ਦੀ ਗੱਲ ਕਰ ਰਹੇ ਹੋ ਯੁਵਾ ਵਰਗ ਇੱਕ ਵੱਡੀ ਸੋਚ ਇਸ ਸਮੇਂ ਮੰਗ ਰਿਹਾ ਹੈ ਕਿ ਸਰਕਾਰ ਤੋਂ ਕੀ ਉਮੀਦ ਕਰੇਗਾ ਜਿਹੜਾ ਯੁਵਾ ਵਰਗ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਤੇ ਵਿਸ਼ਵਾਸ ਕਰਦੇ ਆ ਨੈਸ਼ਨਲ ਪਾਰਟੀ ਤੇ ਨਹੀਂ ਪੰਜਾਬ ਦੇ ਲੋਕ ਖੇਤਰੀ ਪਾਦੀ ਲੜਾਈ ਲੜਨ ਬਾਦਲ ਸਾਹਿਬ ਜੋ ਆਪਣਾ ਕਾਂਗਰਸ ਖੇਲੂ ਖੇਲੂ ਹੋ ਚੁੱਕੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਾਂਗਰਸ ਖਤਮ ਹੈ ਬਿਲਕੁਲ ਖਤਮ ਚਲੋ ਸੋ ਅੱਜ ਸੁਖਬੀਰ ਸਿੰਘ ਬਾਦਲ ਜੋ ਹਲਕਾ ਕਾਦੀਆਂ ਦੇ ਜੋ ਕੈਂਡੀਡੇਟ ਨੇ ਗੁਰਿਕਬਾਲ ਸਿੰਘ ਮਾਹਲ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਦੇ ਵਿੱਚ ਅੱਜ ਇੱਥੇ ਪਹੁੰਚੇ ਸੀ ਕਾਦੀਆਂ ਦੇ ਕਾਨੂੰਵਾਨ ਦੇ ਵਿੱਚ ਔਰ ਇੱਕ ਵੱਡਾ ਜਿਹੜਾ ਇਕੱਠ ਹੈ ਇੱਥੇ ਦੇਖਣ ਨੂੰ ਮਿਲਿਆ ਯੁਵਾ ਵਰਗ ਦੀ ਗੱਲ ਹੋਵੇ ਭਾਵੇਂ ਗੱਲ ਹੋਵੇ ਰੈਲੀ ਦੀ ਇੱਕ ਵੱਡਾ ਇਕੱਠ ਜੋ ਇੱਥੇ ਦੇਖਣ ਨੂੰ ਮਿਲਿਆ ਔਰ ਜਿਸ ਤਰੀਕੇ ਦੇ ਨਾਲ ਰੈਲੀਆਂ ਦੇ ਵਿੱਚ ਭਾਰਾ ਇਕੱਠ ਦੇਖਣ ਨੂੰ ਮਿਲਿਆ ਹੈ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਕਿਉਂਕਿ ਯੁਵਾ ਵਰਗ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਿਹਾ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਮਨਮੀਤ ਸਿੰਘ ਕਰਨ ਦੇ ਨਾਲ ਰੋਹਿਤ ਮਹਾਜਨ ਦੈਨਿਕ ਸਵੇਰਾ ਟੀਵੀ ਲਈ ਗੁਰਦਾਸਪੁਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਅਦ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਣਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467